ਪੰਜਾਬੀਓ ਅੱਜ ਵਿਧਾਨ ਸਭਾ ਦਾ ਸੈਸ਼ਨ ਜਿਹੜਾ 2 ਦਿਨ ਦਾ ਬੁਲਾਇਆ ਗਿਆ ਸੀ ਤੇ ਉਹ 2 ਦਿਨਾਂ ਦਾ ਸੈਸ਼ਨ ਜਿਹੜਾ ਉਹ ਅੱਜ ਹੀ ਇਹਨਾਂ ਨੂੰ ਉਠਾਉਣਾ ਪੈ ਗਿਆ। ਅੱਜ ਹੀ 1 ਦਿਨ ਨਹੀਂ ਅੱਧੇ ਦਿਨ 'ਚ ਹੀ ਖਤਮ ਕਰਨਾ ਪੈ ਗਿਆ, ਅੱਧੇ ਦਿਨ ਦੇ ਵਿੱਚ ਹੀ ਖਤਮ ਕਰਕੇ ਭੱਜਣਾ ਪੈ ਗਿਆ। ਸੋ ਮੈਂ ਸੋਚਿਆ ਕਿ ਇਸ ਮਸਲੇ ਦੇ ਉੱਤੇ ਪੰਜਾਬ ਦੇ ਲੋਕਾਂ ਨਾਲ ਗੱਲ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਇਹ ਤਾਂ ਸਾਰੇ ਆਪਾਂ ਨੂੰ ਪਤਾ ਹੀ ਆ ਵੀ ਵਿੱਚ ਹੀ ਬਾਦਲ ਵਾਲੇ ਤੇ ਵਿੱਚ ਹੀ ਆ ਕਾਂਗਰਸੀ ਆ, ਬਾਦਲ ਵਾਲੇ ਤਾਂ ਹੈ ਹੀ ਨਹੀਂ, 2 ਕੱਖ ਡੂਡ ਕਿਆ ਪਤਾ ਨਹੀਂ ਉੱਥੇ, ਉਹ ਤਾਂ ਹੈ ਹੀ ਨਹੀਂ ਮਿੱਟੀ ਦੇ ਮਾਧਵਾ ਬੋਲਣ ਵਾਲੇ, ਕਾਂਗਰਸੀ ਇਹਨਾਂ ਨਾਲ ਰਲੇ ਬੈਠੇ ਆ। ਸੋ ਅਸਲ ਗੱਲ ਲੋਕਾਂ ਤੱਕ ਉਹਨਾਂ ਨੇ ਵੀ ਨਹੀਂ ਪਹੁੰਚਾਉਣੀ, ਕਿਉਂਕਿ ਇੱਥੇ ਚੋਰ ਕੁੱਤੀਆਂ ਸਾਰਾ ਉੜਮ ਕਬੀਲਾ ਇੱਥੇ ਠੱਗਾਂ ਦਾ ਟੋਲਾ ਸਭ ਇਕੱਠਾ ਹੋਇਆ ਬੈਠਾ। ਸੋ ਇਸ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ ਗੱਲ ਕਰਨੀ ਬੜੀ ਜ਼ਰੂਰੀ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਅੱਜ ਜੋ ਵਿਧਾਨ ਸਭਾ ਸੈਸ਼ਨ ਹੋਇਆ ਉਹਦੇ ਚ ਮਾਨ ਸਾਹਿਬ ਕੀ ਬੋਲੇ ਪਹਿਲਾਂ ਆਪਾਂ ਉਹ ਸੁਣਦੇ ਹਾਂ, ਫਿਰ ਆਪਾਂ ਉਸ ਤੋਂ ਬਾਅਦ ਇੱਥੇ ਗੱਲ ਕਰਦੇ ਹਾਂ। ਪਹਿਲਾਂ ਮਾਨ ਸਾਹਿਬ ਨੂੰ ਸੁਣ ਲਗੇ। ਸਪੀਕਰ ਸਾਹਿਬ, ਸਾਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ, ਕਰਜ਼ਾ ਦੱਸਦਾ ਮੈਂ ਕਿਵੇਂ ਚੜਿਆ, ਬੂੰਦ ਬੂੰਦ ਨਾਲ ਹੀ ਸੰਬੰਧ ਬਣਦਾ ਕਹਿੰਦੇ ਨਾ, ਇਹ 1-1 ਰੁਪਈਏ ਨਾਲ ਹੀ ਹੁੰਦਾ, ਫਿਰ ਜੇ ਬਚਾਵਾਂਗੇ ਤਾਂ ਵੀ 1-1 ਰੁਪਈਏ ਨਾਲ ਹੀ ਭਰ ਜਾਣਾ, ਜੇ ਖਰਚਾਂਗੇ ਤਾਂ ਵੀ 1-1 ਰੁਪਈਏ ਨਾਲ ਬਹੁਤ ਕੁਛ ਖਰਚਿਆ ਜਾਣਾ, ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਤੇ ਗਵਰਨਰ ਸਾਹਿਬ ਸਾਨੂੰ ਬਜਟ ਸੈਸ਼ਨ ਹੀ ਕਰਾਉਣ ਦਿੰਦੇ, ਉੱਥੇ 3 ਮਿੰਟ ਨੀ ਲੱਗੇ ਜੀ, 3 ਮਿੰਟ ਸਿਰਫ 3 ਮਿੰਟ ਦੀ ਡਿਬੇਟ ਹੋਈ ਚੀਫ ਜਸਟਿਸ ਸਾਹਿਬ ਦੇ ਅੱਗੇ। ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਤੁਸੀਂ ਬਜਟ ਸੈਸ਼ਨ ਰੋਕ ਨਹੀਂ ਸਕਦੇ, ਕਹਿੰਦੇ ਠੀਕ ਹੈ ਜੀ ਅਸੀਂ ਇਜਾਜ਼ਤ ਦੇ ਦਿੰਦੇ ਹਾਂ, ਪਰ ਸਰ ਪੰਜਾਬ ਸਰਕਾਰ ਦਾ 25 ਲੱਖ ਰੁਪਏ ਖਰਚ ਹੋ ਗਿਆ ਸਰ, ਜੇ ਇੱਥੇ ਇਜਾਜ਼ਤ ਦੇ ਦਿੰਦੇ 25 ਲੱਖ ਖਜ਼ਾਨੇ ਚ ਆਉਣਾ ਸੀ, ਜੇ ਮੈਂ ਚਿੱਠੀ ਲਾਵਾਂ ਗਵਰਨਰ ਸਾਹਿਬ ਨੂੰ ਕਿ 25 ਲੱਖ ਦਾ ਤੁਸੀਂ ਇੱਕ ਲੀਗਲ ਬਜਟ ਸੈਸ਼ਨ ਨੂੰ ਤੁਸੀਂ ਸੁਪਰੀਮ ਕੋਰਟ ਤੋਂ ਸਾਨੂੰ ਆਰਡਰ ਲੈ ਕੇ ਆਉਣੇ ਪਏ ਤੇ ਤੁਸੀਂ ਫਿਰ 25 ਲੱਖ ਸਾਡਾ ਲੱਗ ਗਿਆ, ਤੇ ਫਿਰ ਉਹ 25 ਲੱਖ ਕਿਹੜੇ ਹਿਸਾਬ ਚ ਪਾਉਣਗੇ ਜੀ, ਉਹ ਸਾਡਾ ਦਿਲੋਂ ਬੋਲਦੇ ਦਿਲੋਂ, ਇੱਕ ਇੱਕ ਰੁਪਈਆ ਪੰਜਾਬ ਦਾ ਜੋ ਵੇਸਟ ਹੁੰਦਾ ਨਾ ਦੁੱਖ ਹੁੰਦਾ, ਜੋ ਪਹਿਲਾਂ ਵੇਸਟ ਹੋਇਆ ਉਹ ਤਾਂ ਹੋ ਚੁੱਕਾ, ਜਿਹੜਾ ਹੁੰਦੀ ਹੁਣ ਮੈਨੂੰ ਲੱਗਦਾ। ਦੇਖੋ ਸਪੀਕਰ ਸਾਹਿਬ, ਸੋ ਮਾਨ ਸਾਹਿਬ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਗੱਲ ਕਹੀ ਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਪਿਛਲੇ ਵਾਰੀ ਉਹਨੂੰ, ਉਹ ਸਾਨੂੰ ਉਹਦੀ ਮਨਜ਼ੂਰੀ ਸੁਪਰੀਮ ਕੋਰਟ ਤੋਂ ਲੈਣੀ ਪਈ ਤੇ ਉੱਥੇ ਜਾਣ ਕਰਕੇ ਸਾਡਾ 25 ਲੱਖ ਰੁਪਈਆ ਖਰਚ ਆ ਗਿਆ। ਬਿਲਕੁਲ ਠੀਕ ਹੈ, ਇਹ ਗੱਲ ਬਿਲਕੁਲ ਮਾਨ ਸਾਹਿਬ ਦੀ ਦਰੁਸਤ ਹੈ ਕਿ ਰਾਜਪਾਲ ਬਿਨਾਂ ਗੱਲ ਤੋਂ ਡਿੱਕੇ ਡਾ ਰਿਹਾ, ਉਹ ਬੀਜੇਪੀ ਦੇ ਬੰਦੇ ਨੇ, ਉਹਨਾਂ ਦੇ ਚੁਣੇ, ਉਹਨਾਂ ਦੇ ਲਾਏ ਹੋਏ ਬੰਦੇ ਨੇ, ਉਹ ਡਿੱਕੇ ਲਾਉਂਦੇ ਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਪਰ ਮਾਨ ਸਾਹਿਬ ਤੁਸੀਂ ਇਹ ਗੱਲ ਕਹੀ ਕਿ 25 ਲੱਖ ਰੁਪਈਆ ਸਾਡਾ ਸੁਪਰੀਮ ਕੋਰਟ ਜਾਣ 'ਤੇ ਲੱਗ ਗਿਆ, ਜਨਾਬ ਮੈਂ ਅੱਜ ਪੁੱਛਣਾ ਚਾਹੁੰਦਾ ਤੁਸੀਂ ਅੱਜ ਜਿਹੜਾ ਸੈਸ਼ਨ ਸੱਦਿਆ, ਪਹਿਲਾਂ ਇਹਦੀ ਆਪਾਂ ਗੱਲ ਕਰ ਲੈਂਦੇ ਹਾਂ, ਅੱਜ ਦੇ ਸੈਸ਼ਨ ਦੇ ਉੱਤੇ ਸਾਰੇ MLAਆਂ ਦੇ ਭੱਤੇ ਭੁੱਤੇ TA DA ਤੇਲ ਦੇ ਖਰਚੇ ਪੁਲਿਸ ਦੇ ਖਰਚੇ ਸਾਰੇ ਪਾ ਕੇ ਵਿੱਚ ਹੀ ਵਿਧਾਨ ਸਭਾ ਅੰਦਰਲਾ ਖਰਚਾ ਪਾ ਕੇ ਘੱਟੋ ਘੱਟ 1.25 ਕਰੋੜ ਤੋਂ 1.5 ਕਰੋੜ ਰੁਪਈਆ ਖਰਚਾ ਆ ਗਿਆ। ਜੋ ਤੁਹਾਨੂੰ ਇਹ ਪਤਾ ਸੀ ਕਿ ਇਹ ਪ੍ਰਵਾਨਗੀ ਰਾਜਪਾਲ ਵੱਲੋਂ ਨਹੀਂ ਮਿਲੀ, ਜਿਹੜਾ ਵੀ ਇਹ 'ਚ ਕੋਈ ਮਤਾ ਲਿਆਵਾਂਗੇ, ਕੋਈ ਬਿੱਲ ਪਾਸ ਕਰਾਂਗੇ, ਬਿੱਲ ਲੈ ਕੇ ਆਵਾਂਗੇ, ਉਹ ਰਾਜਪਾਲ ਨੇ ਉਹਨੂੰ ਨਹੀਂ ਮਨਜ਼ੂਰੀ ਦੇਣੀ, ਨਹੀਂ ਦਸਤਖਤ ਕਰਨੇ, ਨਹੀਂ ਪਾਸ ਕਰਨਾ, ਤਾਂ ਫਿਰ ਬੁਲਾਇਆ ਕਿਉਂ ਗਿਆ? ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤੁਹਾਡੇ ਅਮਨ ਅਰੋੜਾ ਜੀ ਕਹਿ ਰਹੇ ਨੇ ਜਦੋਂ ਬੋਲਦੇ ਆ ਸ਼ੁਰੂ ਚ ਕਿ ਜੀ ਇਹ ਬਿਲਕੁਲ ਕਾਨੂੰਨੀ ਤੌਰ ਤੇ ਸਾਡਾ ਅੱਜ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹ ਸਹੀ ਹੈ, ਇਹ ਕੋਈ ਵੀ ਗੈਰ ਕਾਨੂੰਨੀ ਨਹੀਂ ਹੈ। ਪਰ ਅੱਧੇ ਦਿਨ ਬਾਅਦ ਸਪੀਕਰ ਸਾਹਿਬ ਕਹਿ ਦਿੰਦੇ ਨੇ ਤੇ ਮਾਨ ਸਾਹਿਬ ਖੁਦ ਕਹਿ ਦਿੰਦੇ ਨੇ ਉੱਠ ਕੇ ਕਿ ਹਾਊਸ ਦੇ ਵਿੱਚੋਂ ਜੀ ਆਪਾਂ ਪਤਾ ਕਰ ਲਈਏ ਇਹਨੂੰ ਚਲਾਇਆ ਜਾ ਸਕਦਾ ਨਹੀਂ ਜਾ ਸਕਦਾ, ਹੱਥ ਖੜੇ ਕਰਕੇ ਆਪਣਾ ਸਹਿਮਤੀ ਦਿਓ, ਤੇ ਅੱਧੇ ਦਿਨ ਬਾਅਦ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਇਸ ਗੱਲ ਕਰਕੇ ਠਾ ਦਿੰਦੇ ਆ ਕਿ ਇਹ ਗੈਰ ਕਾਨੂੰਨੀ ਹੈ, ਇਹ ਕਾਨੂੰਨ ਤੌਰ ਤੇ ਸਹੀ ਨਹੀਂ ਹੈਗਾ, ਜਿਹੜਾ ਵੀ ਆਪਾਂ ਬਿੱਲ ਲੈ ਕੇ ਆਵਾਂਗੇ, ਕੋਈ ਮਤਾ ਲੈ ਕੇ ਆਵਾਂਗੇ,
ਉਹਨੂੰ ਰਾਜਪਾਲ ਨੇ ਮਨਜ਼ੂਰੀ ਨਹੀਂ ਦੇਣੀ, ਦਸਖਤ ਨਹੀਂ ਕਰਨੇ। ਕੀ ਫਿਰ ਤੁਹਾਨੂੰ ਇੰਨੇ, ਤੁਸੀਂ ਤਾਂ ਕਹਿੰਦੇ ਅਸੀਂ ਹਰ ਗੱਲ ਦੇ ਮਾਹਰ ਹਾਂ, ਸਾਨੂੰ ਹਰ ਗੱਲ ਬਾਰੇ ਜਾਣਕਾਰੀ ਹੁੰਦੀ ਹੈ ਮਾਨ ਸਾਹਿਬ, ਫਿਰ ਤੁਹਾਨੂੰ ਕਿਸੇ ਕਲੌਜ ਦਾ ਨਹੀਂ ਪਤਾ ਕਿ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹ ਤੁਸੀਂ ਬਿਨਾਂ ਗੱਲ ਤੋਂ ਬੁਲਾ ਲਿਆ, ਜਿਹੜਾ 1.25-1.5 ਕਰੋੜ ਰੁਪਇਆ ਅੱਜ ਖਰਚਦਾ ਤੁਸੀਂ। 25 ਲੱਖ ਦੀ ਗੱਲ ਕੀਤੀ ਕਿ 25 ਲੱਖ ਲੱਗ ਗਿਆ, ਸੁਪਰੀਮ ਕੋਰਟ ਜਾਣਾ ਪੈ ਗਿਆ, ਪਰ ਆਹ 1.25-1.5 ਕਰੋੜ ਰੁਪਇਆ ਕਿਹੜੇ ਖਾਤੇ ਪਾਓਗੇ? ਇਹ ਆਪਣੀ ਜੇਬ ਚੋਂ ਦੇਵੋਗੇ? ਤੁਸੀਂ ਇੱਕ ਗੱਲ ਚ ਹੋਰ ਕਹੀ ਕਿ ਸਾਨੂੰ ਜਦੋਂ ਪੰਜਾਬ ਦੇ ਲੋਕਾਂ ਦਾ 1 ਵੀ ਰੁਪਇਆ ਇੱਧਰ ਉੱਧਰ ਜਾਂਦਾ, ਫਾਲਤੂ ਖਰਚਾ ਹੁੰਦਾ, ਬੜਾ ਦੁੱਖ ਲੱਗਦਾ। ਤੁਸੀਂ ਕਿਹਾ ਮੈਂ ਦਿਲੋਂ ਬੋਲਦਾ, ਪਹਿਲਾਂ ਬਹੁਤ ਖਰਚ ਕੀਤੇ ਗਏ, ਹੁਣ ਅਸੀਂ ਇਹ ਖਰਚ ਨਹੀਂ ਕਰਨੇ। ਸੋ ਜਨਾਬ, ਤੁਸੀਂ 1 ਰੁਪਈਏ ਦੀ ਗੱਲ ਕਰ ਰਹੇ ਹੋ, ਤੁਸੀਂ ਜਿਹੜਾ 800 ਕਰੋੜ ਰੁਪਇਆ ਮਸ਼ਹੂਰੀਆਂ ਤੇ ਬੋਰਡਾਂ ਤੇ ਫੋਟੋਆਂ ਲਾਉਣ ਖਾਤਰ, ਐਡਾਂ ਦੇਣ ਖਾਤਰ ਬਾਹਰਲੇ ਸੂਬਿਆਂ ਨੂੰ ਰੱਖਿਆ, ਉਹਦਾ ਜਵਾਬ ਤੁਸੀਂ ਜਿਹੜਾ ਕੇਜਰੀਵਾਲ ਦੇ ਨਾਲ ਲੈ ਕੇ ਜਹਾਜ਼ ਜਾਂਦੇ ਆ ਪੰਜਾਬ ਦੇ ਖਜ਼ਾਨੇ, ਜੋ ਪੈਸਾ ਲੱਗਦਾ ਹੈ 10 ਲੱਖ ਰੁਪਇਆ ਖੜੇ ਜਹਾਜ਼ ਦਾ ਪੈ ਜਾਂਦਾ, 40 ਲੱਖ ਰੁਪਇਆ ਗੇੜੇ ਦਾ ਪੈ ਜਾਂਦਾ, ਉਹ ਪੈਸੇ ਨਹੀਂ, ਉਹ ਤਾਂ ਕਈ ਲੱਖਾਂ ਦੇ ਕਰੋੜਾਂ ਰੁਪਇਆ ਉਡਾ ਰਹੇ ਆ ਤੁਸੀਂ। ਸੋ ਗੱਲ ਆ, ਬੋਲਣਾ ਕਿਉਂ ਪੈਂਦਾ? ਕਿਉਂਕਿ ਤੁਸੀਂ ਵਾਰ ਵਾਰ ਲੋਕਾਂ ਨੂੰ ਗਮਰਾਹ ਕਰਦੇ ਹੋ ਹਰ ਗੱਲ ਦੇ ਉੱਤੇ, ਘੇਰ ਕੇ ਚੋਰਾਂ ਨੂੰ। ਚੋਰ ਨੇ, ਤੁਹਾਨੂੰ ਪਤਾ, ਬਾਦਲ ਚੋਰ ਨੇ, ਕਾਂਗਰਸੀ ਚੋਰ ਨੇ, ਠੱਗ ਨੇ, ਇਹੀ ਪੰਜਾਬ ਲੁੱਟਿਆ ਤੇ ਠੱਗਿਆ। ਉਹ ਤੁਹਾਡੇ ਅੱਗੇ ਜਵਾਬ ਨਹੀਂ ਦੇ ਸਕਦੇ। ਤੁਸੀਂ ਇਸੇ ਗੱਲ ਕਰਕੇ ਵਾਰ ਵਾਰ ਲੋਕਾਂ ਨੂੰ, ਲੋਕਾਂ ਦੇ ਵਿੱਚ ਸਿੰਪਤੀ ਲੈਣ ਲਈ, ਹਮਦਰਦੀ ਲੈਣ ਲਈ, ਆਪਣੀ ਲੱਤਾਂ ਦੇ ਉੱਤੇ ਰੱਖਣ ਲਈ ਹਰ ਗੱਲ ਦੇ ਤੁਹਾਨੂੰ ਘੇਰ ਲੈਂਦੇ ਹੋ। ਘਿਰ ਜਾਂਦੇ ਆ, ਕਾਣਾ ਬੰਦਾ ਘਿਰਦਾ ਹੀ ਹੁੰਦਾ, ਚੋਰ ਨੇ ਘਿਰਨਾ ਹੀ ਹੁੰਦਾ, ਸੱਚਾ ਬੰਦਾ ਹੀ ਜਿਹੜਾ ਯੁਰਤ ਨਾਲ ਅੱਖ ਚੱਖ ਪਾਈ ਗੱਲ ਕਰਦਾ। ਸੋ ਇਸ ਲਈ ਜਿਹੜਾ ਤੁਹਾਡੀਆਂ ਗੱਲਾਂ ਦਾ ਜਵਾਬ ਤੁਸੀਂ, ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਇਹ ਗੱਲ ਦਾ ਜਵਾਬ ਹੈ ਕਿ ਤੁਸੀਂ ਜਿਹੜਾ ਹੁਣ ਤੱਕ ਪੰਜਾਬ ਦਾ ਅਰਬਾਂ ਰੁਪਇਆ, ਮੈਂ ਕਈ ਵਾਰੀ ਪਹਿਲਾਂ ਵੀ ਬੋਲਿਆ, ਤੱਥਾਂ ਨਾਲ ਬੋਲਿਆ ਕਿ ਕਿੱਥੇ ਕਿੱਥੇ ਤੁਸੀਂ ਕਿੰਨੇ ਕਿੰਨੇ ਰੁਪਏ, ਇੱਕ ਦਿਨ ਮਾਨਸਾ ਦਾ ਗੇੜਾ ਵੱਜਦਾ 25 ਲੱਖ ਰੁਪਏ ਦੇ, ਇਕੱਲੇ ਦੇ ਬੋਰਡ ਲੱਗ ਜਾਂਦੇ ਨੇ ਮਾਨਸਾ 'ਚ, ਇੱਕ ਦਿਨ ਤੁਸੀਂ ਲੁਧਿਆਣੇ ਯੂਨੀਵਰਸਿਟੀ ਆਉਂਦੇ ਆ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, 30-35 ਲੱਖ ਰੁਪਏ ਦੇ ਚਾਹ ਪਕੌੜਿਆਂ ਦਾ ਖਰਚਾ ਆ ਜਾਂਦਾ, ਉਹ ਕੋਈ ਚੇਤੇ ਨਹੀਂ, ਕੋਈ ਯਾਦ ਨਹੀਂ। ਕਿਉਂ ਯਾਰ, ਕਿਉਂ ਲੋਕਾਂ ਨੂੰ ਇੰਨਾ ਗਮਰਾਹ ਅਤੇ ਇੰਨਾ ਗੱਪ ਮਾਰ ਕੇ ਲੋਕਾਂ ਨੂੰ ਗਮਰਾਹ ਕਰ ਰਿਹਾ? ਕਿਉਂ ਇਹ ਪ੍ਰਾਪੇਗੰਡਾ ਕਰ ਰਿਹਾ? ਕਿਉਂ ਨੁਕਸਾਨ ਕਰ ਰਿਹਾ? ਜਦੋਂ ਤੈਨੂੰ ਪਤਾ ਸੀ ਕਿ ਇਹ ਗੈਰ ਕਾਨੂੰਨੀ ਆ, ਅਸੀਂ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ, ਆਗਿਆ ਤੋਂ ਬਿਨਾਂ, ਉਹਦੀ ਸਹਿਮਤੀ ਤੋਂ ਬਿਨਾਂ ਇਹ ਵਿਧਾਨ ਸਭਾ ਸੈਸ਼ਨ ਨਹੀਂ ਬੁਲਾ ਸਕਦੇ, ਕਿਉਂ ਬੁਲਾਇਆ? ਕਿਉਂ ਆਪਣੀ ਹਿੰਡ ਪਗਾਉਣ ਦੇ ਲਈ ਤੂੰ ਪੰਜਾਬ ਦਾ ਪੈਸਾ ਬਰਬਾਦ ਕਰ ਰਿਹਾ? ਕੀ ਹੈ ਤੇਰੇ ਭਗਤਾਂ ਕੋਲ ਇਸ ਗੱਲ ਦਾ ਜਵਾਬ, ਜਾਂ ਤੇਰੇ ਕੋਲ ਕਿਸ ਗੱਲ ਦਾ ਜਵਾਬ? ਦੂਜੀ ਗੱਲ ਆ ਜਾ, ਹੋਰ ਵੀ ਸੁਣਾ ਦਿੰਦਾ ਤੈਨੂੰ। ਸੋ ਭਗਤੋ, ਇਹ ਨਾ ਸੋਚਿਆ ਕਰੋ ਕਿ ਲੱਖਾ ਕੌਣ ਹੁੰਦਾ ਜੀ, ਠੀਕ ਆ, ਅਸੀਂ ਤਾਂ ਕੌਣ ਹੈਗੇ ਜਾਂ ਨਹੀਂ ਹੈਗੇ ਛੱਡੋ, ਗੱਲ ਦਾ ਜਵਾਬ ਤਾਂ ਦਿਓ ਕਿ ਸਾਡੀ ਗੱਲ ਗਲਤ ਹੈ। ਆਹ ਸੁਣ ਲਓ, ਤੁਹਾਡਾ ਮੁੱਦਾ ਬੜਾ ਸਾਫ ਹੈ, ਪੰਜਾਬ ਕੇ ਹੱਕ ਕਾ ਪਾਣੀ ਪੰਜਾਬ ਕੋ ਮਿਲਣਾ ਚਾਹੀਏ, ਹਰਿਆਣਾ ਕੇ ਹੱਕ ਕਾ ਪਾਣੀ ਹਰਿਆਣਾ ਕੋ ਮਿਲਣਾ ਚਾਹੀਏ। ਸੁਪਰੀਮ ਕੋਰਟ ਸੇ ਰਾਸਤਾ ਨਿਕਲੇਗਾ ਯਾ ਬਾਤਚੀਤ ਸੇ ਰਾਸਤਾ ਨਿਕਲੇਗੀ? ਸੁਪਰੀਮ ਕੋਰਟ ਕਾ ਜੋ ਨਤੀਜਾ ਆਏਗਾ ਵੋ ਸੁਪਰੀਮ ਕੋਰਟ ਮੇ ਉਸ ਪਰ ਬਹਿਸ ਕਰੇਂਗੇ ਸਾਰੇ ਪਕਸ਼, ਆਪਸ ਮੇ ਮਿਲ ਜੁਲ ਕਰ ਸਬਸੇ ਸਹੀ ਰਾਸਤਾ ਨਿਕਲਤਾ ਹੈ। ਆਮ ਆਦਮੀ ਪਾਰਟੀ ਕੀ ਸਰਕਾਰ ਪੰਜਾਬ ਮੇ ਹੈ, ਹਰਿਆਣਾ ਮੇ ਆਮ ਆਦਮੀ ਪਾਰਟੀ ਕੀ ਸਰਕਾਰ ਬਣਨੇ ਪਰ ਆਪਸ ਮੇ ਮਿਲ ਜੁਲ ਕਰ ਕਰੇਂਗੇ, ਲੇਕਿਨ ਫਿਰ ਵੀ ਕੇਂਦਰ ਸਰਕਾਰ ਕਾ ਇਸ ਮੇ ਅਹਿਮ ਭੂਮਿਕਾ ਰਹੇਗਾ। ਸੁਣ ਲੋ, ਇਹ ਉਹ ਸੰਦੀਪ ਪਾਠਕ ਆ ਜਦੋਂ ਰਾਜ ਸਭਾ ਦੇ 7 ਮੈਂਬਰ ਚੁਣੇ ਸੀ, ਤੇ ਮੈਂ ਉਦੋਂ ਵੀ ਇਹ ਗੱਲ ਬੋਲਿਆ ਸੀ ਕਿ ਇਹਨਾਂ ਨੇ ਕੋਈ ਕਿਤੋਂ ਫੜਿਆ, ਕੋਈ ਦਿੱਲੀਓਂ ਫੜਿਆ, ਕੋਈ ਹਰਿਆਣੇ ਚੋਂ ਫੜਿਆ, ਕੋਈ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਫੜ ਲਿਆ, ਰਾਜ ਸਭਾ ਮੈਂਬਰ ਤੁਹਾਡੇ ਸਿਰ ਤੇ ਲਿਆ ਕੇ ਥੋਪਤੇ। ਆਹ ਸੰਦੀਪ ਪਾਠਕ ਆ, ਰਾਜ ਸਭਾ ਮੈਂਬਰ ਜਿਹੜਾ ਤੁਹਾਡੇ ਸਿਰ ਤੇ ਥੋਪਿਆ ਗਿਆ, ਜਿਹੜਾ ਅੱਜ ਇਹ ਗੱਲ ਕਹਿ ਰਿਹਾ ਕਿ ਪੰਜਾਬ ਦਾ ਪਾਣੀਆਂ ਦਾ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ, ਹਰਿਆਣੇ ਦਾ ਹੱਕ ਹਰਿਆਣੇ ਨੂੰ ਮਿਲਣਾ ਚਾਹੀਦਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਸਤਲੁਜ, ਰਾਵੀ, ਬਿਆਸ ਤਿੰਨਾਂ ਦਰਿਆਵਾਂ ਦੇ ਵਿੱਚ ਰਹਿ ਪਿਰਨ ਸਿਧਾਂਤਾਂ ਦੇ ਮੁਤਾਬਕ ਹਰਿਆਣੇ ਦਾ 1 ਬੂੰਦ ਪਾਣੀ ਨਹੀਂ ਬਣਦਾ। ਸਾਡਾ ਤਾਂ ਪਹਿਲੇ 70% ਪਾਣੀ ਰਾਜਸਥਾਨ ਨੂੰ, ਦਿੱਲੀ ਨੂੰ, ਜੰਮੂ ਕਸ਼ਮੀਰ ਨੂੰ, ਹਰਿਆਣੇ ਨੂੰ ਜਾ ਰਿਹਾ। ਉਲਟਾ ਇਹ ਕਹਿ ਰਿਹਾ ਹਰਿਆਣੇ ਦਾ ਹੱਕ ਬਣਦਾ, ਹਰਿਆਣੇ ਨੂੰ ਮਿਲਣਾ ਚਾਹੀਦਾ, ਜਾਣੇ ਉਹਨਾਂ ਦੀ ਗੱਲ ਦੇ ਉੱਤੇ ਸੁਪਰੀਮ ਕੋਰਟ ਦੀ ਗੱਲ ਵਿੱਚ ਕਰ ਰਿਹਾ, ਕੇਂਦਰ ਸਰਕਾਰ ਦੀ ਗੱਲ ਵਿੱਚ ਕਰ ਰਿਹਾ, ਕੇਂਦਰ ਦੀ ਸਹਿਮਤੀ ਨਾਲ ਹੋਊਗਾ। ਸੁਪਰੀਮ ਕੋਰਟ ਤਾਂ ਪਹਿਲੇ ਕਹਿ ਚੁੱਕਿਆ ਕਿ ਇਸ ਵੇਲੇ ਨਹਿਰ ਬਣਾ ਕੇ ਦਿਓ, ਸਰਵੇ ਟੀਮ 1 ਤਰੀਕ ਨੂੰ ਆ ਰਹੀ ਆ। ਕੀ ਮਾਨ ਸਾਹਿਬ ਤੁਹਾਡੇ ਚ ਇੰਨੀ ਜ਼ਰੂਰਤ ਹੈ ਕਿ ਇਸ ਬੰਦੇ ਨੂੰ ਬੁਲਾ ਕੇ ਤੁਸੀਂ ਪੁੱਛ ਲਓ ਕਿ ਤੂੰ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲਾ ਕੌਣ ਹੁੰਦਾ? ਬਈ ਕਰਨਗੀਆਂ, ਸਾਡੇ ਸਿਰ ਚ ਗਲੀਆਂ ਕਰਨਗੇ,
क्योंकि तुसीं साडे सिर ते इह लोक बिठाए ने पंजाबियों दे सिर ते आ संदीप पाठक वर्गे राजसभा मैंबर बना के भेजे है। सो इस करके मैं कहना मैनू गाला कढ़न नाल मैनू बुरा भला कहण नाल तू कौन है खाम खां ये है वो मैनू कहण नाल कोई फर्क नहीं पैना। मुद्दियां ते आओ गल ते आओ मेरी गल का जवाब दिओ है हिम्मत मैं जुरत नाल थोड़े नाल गल करदा। जे मैं गलत करदा तां मेरे ते तुसीं कोई भी मानहानि का किस पाओ मैनू कटहरे च खड़ा करो भी हाँ तू गलत बोल रहा। सो जे मैं गलत हाँ तां जिहड़ी गल मैं तुहाडे कोल रख रहा की इह गलत है तथ्य मेरे कोले ने आ तुहाडे सामने मैं चलाते है। चलो ये तुसीं कहने 800 करोड़ रुपये कत्थे लाता जी यह करता वो करता वो भरा वो सू फुट मारा दिख दी है बोर्ड लगे बाजार च शहर च पिंड च सड़क से दिखते कि नहीं दिखते वो मुफ्त मार रहे जां मुख्यमंत्री अपने घरों ला रहा वो पैसे जां कोई मंत्री ला रहा। सवाल तो यह है यार। सो इस करके मान साहब मैं फिर कहना हले भी 1 तरीक दे 10 दिन पए आ जे है हिम्मत तो बुला तैनू उदे भी कहा सी कि जे तू मेरिया गल्लां दा 11 सवाल है मेरे हुई मेरे एक भी सवाल का जवाब तू सही दे गया सही उतरिया आपां तैनू उदे मत्था टेक के तैनू कह देना भी अज तो बाद तेरे खिलाफ नहीं कदे आवाज बुलंद करनी तू वाकई बंदा सही तैनू मैं गरदान दूंगा उस दिन भी वाकई तू पंजाब दा सही बंदा है। पर गल्लां नाल गमराह नहीं होने वाला हुण सजना काम लोग समझदे आ तेरिया चालां ये जिहड़ियां तू कलाकारियां ड्रामेबाजियां करी जांदा हले भी हुण भी उही कलाकारी दे विच तू हले भी फसिया खड़ा है उवीं लोगों नूं चुटकले चटकले सुना के कहानियां कुणियां सुना के भंड भुंड के इन्हां नूं बादलां नूं ते दूजियां नूं कांग्रसियां नूं उह लोग उन्हां दा पहले दुखी है तू उन्हां नूं 4 गालां कढ दिंदा चार उन्हां दे खिलाफ तंज कस दिंदा वो लोग कहिंदे मान साहब ने बल्ले बल्ले कराती मान साहब ने 18 महीनों च की करता पंजाब दे लोग इहदा पुछ लो चिट्टा बंद करता जां किहड़ा पंजाब दा मसला हल करता दसता दो कोई तां गल कर दो 18-19 महीने हो चले भरावो। सो इस करके अज गल करना बड़ा जरूरी बनता सी। सो पंजाबी उह गल नूं समझण दी कोशिश करिया करो। इस करके बार बार मैं तुहाडे रूबरू हुंना जदों भी कोई नवां मुद्दा पंजाब दा आउंदा। सो अखीरले मैं साहब तक कहना फिर कहना लड़ांगे माना पंजाब ही लड़ांगे। तैनूं हुण सौखा नहीं हैगा वी तूं पहलां गमराह करके MP बन गया गल्लां नाल फिर तू मुख्यमंत्री बन गया हुण तैनूं लगदा मैं गमराह करके ऐं पता नहीं अपनी गड्डी चलाई जाऊंगा। कबीर लिखदा साहिल बांसल कहिंदा बाई जी बठिंडा विच एक होल्डिंग दा रेट 1500 दिन दा है 1500 दिन दा किराए दा। इह तां सज्जना मोहाली चंडीगढ़ दे विच एक एक दिन दा 15-15, 20-20 हज़ार रुपये एक एक बोर्ड दा किराए दा देई जांदे आ। सो भगतो है हिम्मत तो जवाब दियो तो जवाब हमेशा सवाल हमेशा सत्ता च बैठे बंदे नूं हुंदे आ कुर्सी दे बैठे बंदे नूं हुंदे जिहदे कोल पावर है जिहड़ा कर सकदा है जिहड़ा मालक है जिहदे कोल राज है सवाल उहनूं हुंदा है सवाल दूजियां तीजियां नूं नहीं हुंदे हुंदे। इह हिम्मत दा जवाब लै दिओ तिन्ने चीकां नूं मारो 1 तरीक लई असीं फिर कहिंदे असीं तैयार हाँ आ जाणा है हिम्मत। मैं उहदे वी कहा सी सानू ना सद चल मैनू तुहानू लगदा है नहीं सदन ना सदो कोई भी पंजाब दे 10 बंदे चुन ला तू ही कह दे भाई लखा नहीं आना चाहिए फलाना नहीं आना चाहिए असीं नहीं आवांगे तू 10 बंदे चुन तू यह कह भी पंजाब दे कोई भी इन्हां इन्हां बंदिआं नूं छड्ड के 10 बंदे पंजाब चो आ जाण मैं उन्हां नाल विचार चर्चा करन नूं तैयार हां। दे सदा तू चोरां नूं सद रहा चोर भज गए ये तैनू भी पता चोरां ने भजना ही है चोर बंदा किवें आ के मत्थे लगू बादल भी बहाने जे बना के भज गए कांग्रेसी बहाना जहा बना के भज गए आ दूजे झाड़ू अपने फुल वाले BJP वाले भी भज गए। सो देखते हैं जवाब देंदे आ भगत कंधा टक्करा मारदे आ कि झक सिड़ दे कली आ के कुछ दलील नहीं होंदी बंदे कोल कोई जवाब नहीं होंदा फिर इधरलियां उधरलियां फट फुट के मारी जांदे गल्लां। सो असी मैं कहना फिर तैयार हाँ 1 दे लई है हिम्मत दिओ सदा आवांगे।